हेलो एवरीवन, वेलकम यू टू अवर यूट्यूब चैनल पैरी स्टडी ऑनलाइन। आज दी इस वीडियो दे विच क्लास 9th सैंपल पेपर नंबर 2 डिस्कस करन जा रहे हैं। सारे क्वेश्चन अपन नहीं डिस्कस करांगे, सिर्फ मैं वीडियो शो करूंगा ताकि तुसी सैंपल पेपर नु कर सको वीडियो दे विच क्वेश्चंस नु देख के। तो पहला क्वेश्चन है रैशनल नंबर फाइंड करना। आपां दो रैशनल नंबर फाइंड करने हैं, पॉइंट 1 ते पॉइंट 3 दे विचाले। उस तो बाद कोप्राइम नंबर केड़े है, कोप्राइम नंबर केड़े हुंदे आ जिन्हां दा एच सी एफ 1 हुंदा। थर्ड क्वेश्चन दे विच आपां जीरोस फाइंड करने हैं, जीरोस किन्ने आउणगे, एक्स की वैल्यू जो अपने कोल 2x प्लस 5 है इनू आपां जीरो दे इक्वल रखांगे। इनू करन दा मैथड की है, 2x प्लस 5 इज इक्वल टू जीरो, तो एक्स की वैल्यू किन्नी आएगी, -5/2। नैक्सट वैल्यू फाइंड करनी है आपां आइडेंटिटी यूज़ करके। इनू आपां लिख सकते 100 प्लस 4 इंटू 100 माइनस 4। तो बाद एक्स एक्सिस ਕਿਹੜਾ ਪੁਆਇੰਟ 6 ਐਂਗਲ ਬੀ ਦੀ ਵੈਲਿਊ ਫਾਈਂਡ ਕਰਨੀ ਹੈ। ਥਿਓਰਮ ਕਿਹੜੀ ਯੂਜ਼ ਹੋਏਗੀ, ਐਂਗਲ ਅਪੋਜ਼ਿਟ ਟੂ ਇਕੁਅਲ ਸਾਈਡਸ ਆਰ ਇਕੁਅਲ। ਉਸ ਤੋਂ ਬਾਅਦ ਕੌਨਗੂਰੈਂਸੀ ਦਾ ਕੁਐਸਚਨ ਹੈ, ਕੁਐਸਚਨ ਨੰਬਰ 7th। ਉਸ ਤੋਂ ਬਾਅਦ ਕੁਐਸਚਨ ਨੰਬਰ 8, ਥਰੋ ਵਿੱਚ ਪੁਆਇੰਟ, ਇਹ ਕਿਵੇਂ ਆਪਾਂ ਚੈੱਕ ਕਰਾਂਗੇ। ਆਪਾਂ ਵੈਲਿਊ ਪੁੱਟ ਕਰਾਂਗੇ ਐਕਸ ਅਤੇ ਵਾਈ ਦੀ, ਜਿਹਦੇ ਇਕੁਅਲ ਆ ਗਏ ਉਹੀ ਪੁਆਇੰਟ ਕੀ ਇਹਦੇ ਵਿੱਚੋਂ ਪਾਸ ਕਰੇਗਾ। ਠੀਕ ਹੈ, ਉਸ ਤੋਂ ਬਾਅਦ ਕੁਐਸਚਨ ਵਟ ਇਜ਼ ਦਾ ਸਮ ਆਫ ਐਂਗਲ ਆਫ ਕੁਆਡਰੀਲੇਟਰਲ, ਕਿੰਨਾ ਹੁੰਦਾ 360। ਐਂਗਲ ਸਬਟੈਂਡਡ ਬਾਏ ਡਾਇਮੀਟਰ, ਡਾਇਮੀਟਰ ਕਿੰਨਾ ਐਂਗਲ ਬਣਾਉਂਦਾ, 90 degrees, ਕਿਉਂਕਿ ਆਪਾਂ ਇੱਕ ਥਿਓਰਮ ਪੜ੍ਹੀ ਹੈ ਐਂਗਲ ਇਨ ਸੈਮੀ ਸਰਕਲ ਇਜ਼ ਅ ਰਾਈਟ ਐਂਗਲ। ਸੈਮੀ ਸਰਕਲ ਕਹਿੰਦੇ ਤੋਂ ਬਣਦਾ ਡਾਇਮੀਟਰ ਤੋਂ। ਨੈਕਸਟ ਆਪਣੇ ਕੋਲ ਕੀ ਹੈ, ਸਾਈਡ ਆਫ ਟ੍ਰੈਂਗਲ ਆਰ 3 cm, 5 cm ਐਂਡ 6 cm। ਹੀਰੋਇਨ ਫਾਰਮੂਲਾ ਯੂਜ਼ ਕਰਕੇ ਆਪਾਂ ਏਰੀਆ ਫਾਈਂਡ ਕਰਨਾ। ਸਰਫੇਸ ਏਰੀਆ ਟੀ ਐੱਸ ਏ ਆਫ ਐਮੀਸਫੇਅਰ ਕਿੰਨਾ ਹੁੰਦਾ, 3πr². ਉਸ ਤੋਂ ਬਾਅਦ 2, 3 ਕੁਐਸਚਨ ਆਪਣੇ ਕੋਲ ਲਗਾਤਾਰ ਪ੍ਰੋਬੇਬਿਲਿਟੀ ਦੇ, ਕੁਐਸਚਨ ਨੰਬਰ 13, ਕੁਐਸਚਨ ਨੰਬਰ 14 ਅਤੇ ਕੁਐਸਚਨ ਨੰਬਰ 15। ਉਸ ਤੋਂ ਬਾਅਦ ਕੁਐਸਚਨ ਨੰਬਰ 16 ਅਤੇ 17 ਆਪਣੇ ਕੋਲ ਕੀ ਹੈ, ਸਟੈਟਿਕਸ ਦੇ ਵਿੱਚੋਂ ਮੀਡੀਅਨ ਫਾਈਂਡ ਕਰਨਾ, ਦੂਜੇ ਵਿੱਚ ਆਪਾਂ ਮੋਡ ਫਾਈਂਡ ਕਰਨਾ। ਜੋ ਕੁਐਸਚਨ ਨੰਬਰ 18 ਹੈ ਇਹ ਆਪਣੇ ਕੋਲ ਲੀਨੀਅਰ ਇਕੁਏਸ਼ਨ ਇਨ 2 ਵੇਰੀਏਬਲ ਵਿੱਚੋਂ ਹੈ। ਕੁਐਸਚਨ ਨੰਬਰ 19 ਸਰਫੇਸ ਏਰੀਆ ਐਂਡ ਵੋਲੀਅਮ, ਕੁਐਸਚਨ ਨੰਬਰ 20 ਆਪਣੇ ਕੋਲ ਕੀ ਹੈ, ਹੀਰੋਇਨ ਫਾਰਮੂਲਾ। ਇਕਵੀਲੇਟਰਲ ਟ੍ਰੈਂਗਲ ਦਾ ਫਾਰਮੂਲਾ ਕੀ ਹੁੰਦਾ, √3/4 ਇੰਟੂ ਸਾਈਡ ਸਕੇਅਰ। ਉਸ ਤੋਂ ਬਾਅਦ ਕੁਐਸਚਨ ਨੰਬਰ 21 ਪਹਿਲੇ ਚੈਪਟਰ 'ਚੋਂ, ਜਿਹਦੇ ਵਿੱਚ ਆਪਾਂ ਏ ਪਾਵਰ ਐੱਮ ਵਾਲੇ ਕੁਐਸਚਨ ਆਪਾਂ ਸੋਲਵ ਕੀਤੇ ਸੀਗੇ, ਲਾਅ ਆਫ ਐਕਸਪੋਨੈਂਟ। ਕੁਐਸਚਨ ਨੰਬਰ 22 ਰਿਮੈਂਡਰ ਥਿਓਰਮ 'ਤੇ ਬੇਸਡ ਹੈ। ਕੁਐਸਚਨ ਨੰਬਰ 23 ਦੋ ਪਾਰਟ ਹੈ ਔਰ ਦੇ ਵਿੱਚ, ਇਹ ਆਪਣੇ ਕੋਲ ਚੈਪਟਰ ਹੈ ਲੀਨੀਅਰ ਇਕੁਏਸ਼ਨ ਇਨ 2 ਵੇਰੀਏਬਲ। ਜੋ ਕੁਐਸਚਨ ਸੈਕਿੰਡ ਹੈ ਇਹ ਮੋਸਟ ਇੰਪੋਰਟੈਂਟ ਹੈ, 2 marks ਦੇ ਵਿੱਚ ਆਉਣ ਦੇ ਪੂਰੇ ਚਾਂਸਿਸ ਹੈ। ਉਸ ਤੋਂ ਬਾਅਦ ਕੁਐਸਚਨ ਨੰਬਰ 24 ਐਂਗਲ ਸਮ ਪ੍ਰੋਪਰਟੀ ਪ੍ਰੂਵ ਕਰਨੀ ਹੈ, ਅਤੇ ਜੋ ਸੈਕਿੰਡ ਕੁਐਸਚਨ ਹੈ ਉਹ 7.2 ਦਾ ਕੁਐਸਚਨ ਨੰਬਰ 3 ਹੈ, ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ। 25th ਪ੍ਰੂਵ ਕਰਨਾ ਐਂਗਲ ਇਨ ਸੈਮੀ ਸਰਕਲ ਇਜ਼ ਅ ਰਾਈਟ ਐਂਗਲ। ਕੁਐਸਚਨ ਨੰਬਰ 26 ਆਪਣੇ ਕੋਲ ਕੀ ਹੈ ਪ੍ਰੋਬੇਬਿਲਿਟੀ ਦਾ, ਕਿੰਨੀ ਵਾਰੀ ਬਾਊਂਡਰੀ ਹਿੱਟ ਨਹੀਂ ਕਰਦੀ, ਇਹਦਾ ਆਨਸਰ ਆਉਂਦਾ 4/5। 27 p/q ਫੋਰਮ ਦੇ ਵਿੱਚ, ਜੋ ਸੈਕਿੰਡ ਪਾਰਟ ਹੈ ਥੋੜ੍ਹਾ ਜਿਹਾ ਟਿਪੀਕਲ ਹੈ, ਪਰ ਇਹ 3 marks ਦੇ ਵਿੱਚ ਕੁਐਸਚਨ ਆਉਣ ਦੇ ਪੂਰੇ ਚਾਂਸਿਸ ਹੈ। ਕੁਐਸਚਨ ਨੰਬਰ 28 ਇਹ ਆਪਣੇ ਕੋਲ ਕੀ ਹੈ, ਕੋਆਰਡੀਨੇਟ ਜਮੈਟਰੀ ਦੇ ਵਿੱਚ ਹੈ। ਆਪਾਂ ਪਹਿਲਾਂ ਪੁਆਇੰਟ ਪਲੋਟ ਕਰਨੇ ਆ, ਫਿਰ ਇਹ ਰਾਈਟ ਐਂਗਲ ਟ੍ਰੈਂਗਲ ਬਣੇਗੀ, ਫਿਰ ਇਹਦਾ ਏਰੀਆ ਫਾਈਂਡ ਕਰਨਾ। ਉਸ ਤੋਂ ਬਾਅਦ ਕੁਐਸਚਨ ਨੰਬਰ 3 ਹੈ, ਜੋ ਇਹਦਾ ਔਰ ਪਾਰਟ ਹੈ 10.5 ਦਾ ਕੁਐਸਚਨ ਨੰਬਰ 12 ਹੈ, ਇਹ ਮੋਸਟ ਇੰਪੋਰਟੈਂਟ ਹੈ। 10.5 ਦਾ ਕੁਐਸਚਨ ਨੰਬਰ 12 ਮੋਸਟ ਇੰਪੋਰਟੈਂਟ ਹੈ। 30 ਦੇ ਵਿੱਚ ਕੰਸਟਰਕਸ਼ਨ ਕਰਨੀ ਹੈ। 31 ਦੇ ਵਿੱਚ ਦੋ ਸਾਈਡ ਗਿਵਨ ਹੈ, ਇੱਕ ਆਪਾਂ ਨੂੰ ਪੈਰੀਮੀਟਰ ਗਿਵਨ ਹੈ, ਆਪਾਂ ਇਹਦਾ ਏਰੀਆ ਫਾਈਂਡ ਕਰਨਾ। 32 ਆਪਣੇ ਕੋਲ ਸਰਫੇਸ ਏਰੀਆ ਐਂਡ ਵੋਲੀਅਮ ਦੇ ਵਿੱਚੋਂ ਹੈ ਦੋਵੇਂ ਚੈੱਕ ਕੁਐਸਚਨ। 33 ਪ੍ਰੋਬੇਬਿਲਿਟੀ ਦੇ ਵਿੱਚੋਂ ਆਪਣੇ ਕੋਲ। 34 ਆਪਣੇ ਕੋਲ ਕੀ ਹੈ, ਸਟੈਟਿਕਸ ਦੇ ਵਿੱਚੋਂ। ਓਕੇ, ਇਹ ਆਪਾਂ ਡੇਟਾ ਰੀਪ੍ਰਜੈਂਟ ਕਰਨਾ। 34 ਪਹਿਲਾਂ ਜੋ ਆਪਣੇ ਕੋਲ ਪੋਲੀਨੋਮੀਅਲ ਦੇ ਵਿੱਚੋਂ ਫੈਕਟਰਾਈਜ਼ ਕਰਨਾ। 36 ਨੰਬਰ ਕੁਐਸਚਨ ਹੈ, ਜੋ 6.1 ਦਾ ਕੁਐਸਚਨ ਨੰਬਰ 6 ਹੈ। ਆਪਾਂ ਪਹਿਲਾਂ ਡਾਇਗ੍ਰਾਮ ਬਣਾਉਣਾ, ਉਸ ਤੋਂ ਬਾਅਦ ਕੀ ਆਪਾਂ ਇਹਦਾ ਸੋਲਵ ਕਰਨਾ, ਰਿਫਲੈਕਸ ਐਂਗਲ ਫਾਈਂਡ ਕਰਨਾ। 37 ਮਿਡ ਪੁਆਇੰਟ ਥਿਓਰਮ ਦੇ ਉੱਪਰ ਬੇਸਡ ਹੈ ਕੁਐਸਚਨ, 8.2 ਦਾ ਫਸਟ ਹੀ ਹੈ। ਇਹਦਾ ਔਰ ਪਾਰਟ 8.1 ਐਕਸਰਸਾਈਜ਼ ਦਾ ਕੁਐਸਚਨ ਨੰਬਰ 3 ਹੈ, ਜਿਹਦੇ ਵਿੱਚ ਪੈਰੇਲੋਗ੍ਰਾਮ ਦੇ ਡਾਇਗਨਲ ਇਕੁਅਲ ਦਿੱਤੇ, ਆਪਾਂ ਨੂੰ ਰੈਕਟੈਂਗਲ ਪ੍ਰੂਵ ਕਰਨਾ। 38 ਆਪਣੇ ਕੋਲ ਰੇਸ਼ੋ ਗਿਵਨ ਹੈ, ਇਹ ਕੁਐਸਚਨ ਆਉਣ ਦੇ ਪੂਰੇ ਚਾਂਸਿਸ ਹੈ 4 marks ਦੇ ਵਿੱਚ। ਰੇਸ਼ੋ ਗਿਵਨ ਹੈ ਸਾਈਡਸ 'ਤੇ, ਅਤੇ ਪੈਰੀਮੀਟਰ ਗਿਵਨ ਹੈ, ਆਪਾਂ ਏਰੀਆ ਫਾਈਂਡ ਕਰਨਾ। 12.1 ਦਾ ਕੁਐਸਚਨ ਨੰਬਰ 5th।
39 क्वेश्चन की अपने को सरफेस एरिया एंड वॉल्यूम तीन तीन पार्ट है, ये भी क्वेश्चन आने पूरे पूरे चांसिस है अपने को, दो है और बच्चे आते को। ओके उस तो बाद क्वेश्चन नंबर जो 40 अपने को है मीन मीडियन मॉड वाला, मीन फाइंड करना आप 14.4 का क्वेश्चन नंबर 5 है। इसी अपने को सैंपल पेपर का पूरा लेखा जोखा अगली वीडियो के एक होर सैंपल पेपर आप डिस्कस करेंगे।